ਪੰਜਾਬ ਅਤੇ ਹਰਿਆਣਾ ਵਿੱਚ ਕੱਲ੍ਹ ਵੱਖ ਵੱਖ ਥਾਵਾਂ 'ਤੇ ਕਈ ਸੜਕ ਹਾਦਸੇ ਹੋਏ ਜਿਨ੍ਹਾਂ ਵਿੱਚ ਕਈ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ। ਖੁਸ਼ੀਆਂ ਗਮ ਵਿੱਚ ਕਿਵੇਂ ਬਦਲ ਜਾਂਦੀਆਂ ਨੇ ਇਸ ਦਾ ਪਤਾ ਹੀ ਨਹੀਂ ਲੱਗਦਾ। ਇਸ ਤਰ੍ਹਾਂ ਹੀ ਹੋਇਆ ਕਸਬਾ ਰਵਿਦਾਸ ਦੇ ਨਜ਼ਦੀਕੀ ਪਿੰਡ ਚੰਡੀਗੜ੍ਹ ਵਿਖੇ, ਜਿੱਥੇ ਜਸਪਾਲ ਸਿੰਘ ਦੇ ਘਰ ਵਿੱਚ ਹੋਏ ਵਿਆਹ ਦੀ ਖੁਸ਼ੀ ਦਾ ਮਾਹੌਲ ਗਮੀ ਵਿੱਚ ਬਦਲ ਗਿਆ। ਵਿਆਹ ਪਿੱਛੋਂ ਨਾਨਕਾ ਮੇਲ ਜਦੋਂ ਫਿਰੋਜ਼ਪੁਰ ਦੇ ਪਿੰਡ ਕੱਲੂ ਮਸਤਕੇ ਨੂੰ ਵਾਪਸ ਜਾਣ ਲਈ ਕਸਬਾ ਰਵਿਦਾਸ ਦੇ ਰੇਲਵੇ ਸਟੇਸ਼ਨ ਨੂੰ ਜਾ ਰਹੇ ਸਨ, ਤਾਂ ਅਚਾਨਕ ਉਹਨਾਂ ਦੀ ਗੱਡੀ ਰਾਹ ਵਿੱਚ ਪੈਂਦੇ ਸੱਕੀ ਨਾਲੇ ਦੇ ਪੁਲ ਤੋਂ ਹੇਠਾਂ ਪਾਣੀ ਵਿੱਚ ਡਿੱਗ ਗਈ, ਜਿਸ ਕਾਰਨ ਗੱਡੀ ਵਿੱਚ ਸਵਾਰ 10 ਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਨ੍ਹਾਂ ਵਿੱਚ 5 ਬੱਚੇ ਅਤੇ 3 ਔਰਤਾਂ ਵੀ ਸ਼ਾਮਲ ਸਨ। ਇਹ ਜਦੋਂ ਗੱਡੀ ਆਈ ਉੱਧਰ ਤਾਂ ਮੂਡੀ ਆਣ ਕੇ ਇੱਥੇ ਡਿੱਗ ਪਈ ਆ। ਜਨਾਨੀਆਂ ਸਾਡੇ ਐਨ ਬੰਦੇ ਜਿਹੜੇ ਸੈਰ ਕਰਨ ਗਏ ਤਾਂ ਉਹਨਾਂ ਆਣ ਕੇ ਰੌਲੀ ਪਾ ਦਿੱਤੀ ਆ, ਕਈ ਫਿਰ ਪਿੰਡਾਂ 'ਚੋਂ ਦੌੜ ਕੇ ਆਣ ਕੇ ਕੱਢੀ। ਛੋਟਾ ਪੁਲ, ਜੇ ਛੋਟਾ ਪੁਲ ਦੇ ਕਾਰਨ ਪਹਿਲਾਂ ਵੀ ਮੌਤਾਂ ਇੱਥੇ ਹੋ ਚੁੱਕੀਆਂ ਨੇ, 9-10 ਕੁੜੀਆਂ ਪਹਿਲਾਂ ਵੀ ਮਰੀਆਂ ਸੀ ਤੇ 9-10 ਮੌਤਾਂ ਜਿਹੜੀਆਂ ਹੁਣ ਹੋ ਗਈਆਂ ਨੇ, ਹੁਣ ਹੋ ਗਈਆਂ। ਇਹਦੇ ਵਿੱਚ ਕੋਈ ਮੰਤਰੀ ਤਾਂ ਕੋਈ ਕਰਦਾ ਨਹੀਂ, ਕੋਈ ਵੀ ਕਿੰਨੀ ਵਾਰੀ ਇੱਥੇ ਜਾ ਚੁੱਕੇ ਨੇ ਮੰਤਰੀ, ਪਹਿਲਾਂ 50 ਲੱਖ ਦਾ ਲਾ ਕੇ ਇਹਦਾ ਐਸਟੀਮੇਟ ਤੇ ਪੁਲ ਦਾ, ਤੇ ਆਹ ਨਿਕਾ ਜਿਹਾ ਪੁਲ ਬਣਾ ਕੇ ਰੱਖ ਦਿੱਤਾ ਇਹਨਾਂ ਨੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ SDM ਅਜਨਾਲਾ ਅਤੇ DSP ਅਜਨਾਲਾ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਘਰ ਵਾਲਿਆਂ ਨਾਲ ਅਫਸੋਸ ਪ੍ਰਗਟ ਕੀਤਾ। ਮਨਦੀਪ ਸਿੰਘ 18 ਸਾਲ ਵੀ ਦੀ ਏਜ ਆ, ਉਹ ਉਹਨਾਂ ਆਪਣੇ ਜਿਹੜੇ ਰਿਸ਼ਤੇਦਾਰ ਆਏ ਸੀ ਬਾਹਰੋਂ, ਉਹਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਕਰੀਬ 10 ਮੈਂਬਰ ਸੀ ਉਹਦੇ ਵਿੱਚ, ਉਹਨਾਂ ਨੂੰ ਰਵਿਦਾਸ ਏਅਰ ਰੇਲਵੇ ਸਟੇਸ਼ਨ 'ਤੇ ਚੜ੍ਹਾਉਣ ਵਾਸਤੇ ਜਾ ਰਹੇ ਸੀ। ਪੁਲ ਕਾਫੀ ਕੰਜਸਟਡ ਹੈ, ਸਵੇਰੇ ਧੁੰਦ ਵੀ ਸੀਗੀ ਅਤੇ ਸਵਾਰੀਆਂ ਵੀ ਉਹਦੇ ਵਿੱਚ ਜ਼ਿਆਦਾ ਸੀਗੀਆਂ, ਉਹ ਉਸ ਕਰਕੇ ਧੁੰਦ ਦਾ ਫੈਕਟਰ ਵੀ ਉਹ ਕਾਊਂਟ ਕਰਦਾ ਹੈਗਾ, ਅਤੇ ਉਹਦੇ ਗੱਡੀ ਜਿਹੜੀ ਹੈ ਪੁਲ ਤੰਗ ਹੋਣ ਕਰਕੇ ਉਹਦੇ ਵਿੱਚ ਜਿਹੜੀ ਪਲਟ ਗਈ। ਇਸੇ ਤਰ੍ਹਾਂ ਹੀ ਸਿਰਸਾ ਵਿੱਚ ਵੀ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਜਾ ਰਹੇ 5 ਵਿਅਕਤੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਸਿਰਸਾ ਦੇ ਪਿੰਡ ਨੇਜਿਆ ਨੇੜੇ ਟਰੈਕਟਰ ਟਰਾਲੀ ਅਤੇ ਕਾਰ ਦਰਮਿਆਨ ਹੋਈ ਭਿਆਨਕ ਟੱਕਰ ਦੌਰਾਨ ਹੋਇਆ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਤਾਂ ਪੂਰੀ ਤਰ੍ਹਾਂ ਪਰਖੱਚੇ ਹੀ ਉੱਡ ਗਏ। ਮਰਨ ਵਾਲੇ 5 ਵਿਅਕਤੀ ਰਾਜਸਥਾਨ ਦੇ ਰਹਿਣ ਵਾਲੇ ਸਨ ਅਤੇ ਸਿਰਸਾ ਦੇ ਤੁਲਸੀ ਪੈਲਸ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਬਰਾਤ ਮੇਂ ਸਵਿਫਟ ਕਾਰ ਮੇਂ 5 ਬੰਦੇ ਆਏ ਆ ਰਹੇ ਹੈ, ਉਹ 5ੋਂ ਕਾ ਐਕਸੀਡੈਂਟ ਹੋ ਗਿਆ, ਜਿਨ ਮੇਂ ਸੇ ਹਮੇਂ ਯੇ ਸੂਚਨਾ ਮਿਲੀ ਅਬ ਤੱਕ, ਅਭੀ ਤੱਕ ਹਮ ਵੀ ਕਨਫਰਮੇਸ਼ਨ ਨਹੀਂ ਹੈ ਕਿ 5ੋਂ ਕੀ ਸ਼ਨਾਖਤ ਨਹੀਂ ਹੋ ਪਾਈ ਹੈ, ਲੇਕਿਨ 5ੋਂ ਕੇ 5ੋਂ ਡੈਡ ਘੋਸ਼ਿਤ ਕਰ ਦੀਏ ਗਏ। ਗਾੜੀ ਆ ਰਹੀ ਥੀ ਇਸਕੀ ਵਜ੍ਹਾ ਸੇ ਇਨਕੋ ਦਿਖਾ ਨਹੀਂ ਔਰ ਇਹ ਗਾੜੀ ਇਨਕੇ ਯਹਾਂ ਪ੍ਰੈਸ ਹੋ ਗਈ, ਤੋ ਜਿਸਮੇਂ ਜੋ 5 ਲੋਗ ਸਵਾਰ ਥੇ ਵੋ ਔਨ ਦੀ ਸਪੋਟ ਡੈਡ ਹੋ ਗਏ। ਸੰਗਰੂਰ ਵਿੱਚ ਵੀ ਇੱਕ ਟਰੱਕ ਅਤੇ ਕੈਂਟਰ ਦੀ ਟੱਕਰ ਹੋ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 4 ਜਣੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇੱਕ ਕੈਂਟਰ ਸੀਗਾ, ਉਹ ਸਨਾਮ ਸਾਈਡ ਤੋਂ ਪਟਿਆਲਾ ਸਾਈਡ ਨੂੰ ਜਾ ਰਿਹਾ ਸੀਗਾ ਅਤੇ ਉਹਨੂੰ ਚਲਾ ਰਿਹਾ ਸੀਗਾ ਹਰੀ ਰਾਮ ਪਾਠਕ, ਅਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ ਉਹਦੇ ਸਵੇਰੇ, ਅਤੇ ਕੈਂਟਰ ਦਾ ਨੰਬਰ ਸੀਗਾ RJ 10GA 29 ਐਕਸੀਡੈਂਟ 'ਚ 5 ਬੰਦੇ ਫਟੜ ਵਏ ਜੀ, 5 ਵਿੱਚੋਂ 1 ਦੀ ਮੌਤ ਹੋ ਗਈ। ਪੰਜਾਬ ਅਤੇ ਹਰਿਆਣਾ ਵਿੱਚ ਮੰਗਲਵਾਰ ਨੂੰ ਹੋਏ ਵੱਖ ਵੱਖ ਸੜਕ ਹਾਦਸਿਆਂ ਵਿੱਚ ਕਈ ਜਾਨਾਂ ਚਲੀਆਂ ਗਈਆਂ। ਇਹਨਾਂ ਹਾਦਸਿਆਂ ਦਾ ਕਾਰਨ ਵੀ ਜ਼ਿਆਦਾਤਰ ਤੇਜ਼ ਰਫ਼ਤਾਰ ਹੀ ਹੈ। ਜੋ ਚਲੇ ਗਏ ਉਹ ਤਾਂ ਵਾਪਸ ਨਹੀਂ ਆ ਸਕਦੇ, ਪਰ ਜੋ ਸਾਡੇ ਨਾਲ ਮੌਜੂਦ ਨੇ ਉਹਨਾਂ ਦੀ ਜ਼ਿੰਦਗੀ ਵੱਲ ਧਿਆਨ ਦਿੱਤਾ ਜਾ ਸਕਦਾ ਹੈ। ਲੋੜ ਹੈ ਸਾਨੂੰ ਸੜਕ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਥੋੜ੍ਹਾ ਹੋਰ ਸੁਚੇਤ ਹੋਣ ਦੀ। ਅੰਮ੍ਰਿਤਸਰ ਤੋਂ ਰਾਜਨ ਗੁਸਾਈ, ਸੰਗਰੂਰ ਤੋਂ ਨਵਲ ਗਰਗ ਅਤੇ ਸਿਰਸਾ ਤੋਂ ਸਤਨਾਮ ਸਿੰਘ ਦੇ ਨਾਲ ਇੰਦਰਜੀਤ ਕੌਰ, DN Night ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।